सरकार की पहले आधार से आने वाली इलेक्शन एम पी की 13 ही 13 सीटा असं जितेंगे, केजरीवाल ने असं प्रधानमंत्री बनावेंगे इन्ना कहता होया। बाकी जी बीबिया ने मलरिंगा वाली साढ़े एम एल ए साहब ने 303 रुपया इन्हों की दिहाड़ी की है, केंद्रीय मंत्री साहब न आवाजाई मंत्री गडकरी साहब न बेनती करके असी इन्हों की दिहाड़ी बधाई है। ये शुकराने वजो असी लड्डू बन रहे साड़ी सुशील कुमार रिंकू जी एम पी तो उत्थे जिताया भारी बहुमत न 60,000 से असी उत्थे जिते हैं। उसकी खुशी के अज असी वलंटियन पहल हल्के अंदर आम पार्टी के वर्कर साहबान इतने कट्ठे हुए ने कुड़ाणी कलां डिस्ट्रिक्ट लुधियाना साढ़े दरदार सिंह जी हलका पहल के इंचार्ज इतने पहुँचे ने विशेष तौर पर, इस करके उन्हां दी रवानगी हेठ एम एल ए साहब की मनजीत सिंह गैसपुरा साहब की ज्ञान सिंह जी दफ्तर इंचार्ज पी ए साहब की रवानगी दी हेठ अज खुशी सांझी करन लगे हैं। असी भारी बहुमत नाल इत्थे पहल हल्के दे अंदर पंचायती चोणां जो भी होणगियां मैंबर पंच सरपंच बनणगे असी पहले आधार से बहुमत नाल इत्थे जितांगे। इस करके असी खुशी दे विच जाहर है सानू इस खुशी की पहल हल्के दे अंदर जिन्हें भी ਘਟਾਣੀ ਦੇ ਪੈਰ ਹਲਕੇ ਦੇ ਅੰਦਰ ਨਸ਼ੇ ਦੇ ਵਪਾਰੀ ਨੇ ਜਾਂ ਨਸ਼ੇੜੀ ਦੇ ਵਪਾਰੀ ਨੇ ਜਾਂ ਕੋਈ ਨਸ਼ਾ ਕਰਦਾ, ਸਾਡੀ ਸਰਕਾਰ ਪਹਿਲੇ ਆਧਾਰ 'ਤੇ ਉਹਨਾਂ ਲੰਬੇ ਹੱਥ ਲਵੇਗੀ। ਬਾਕੀ ਜਿਹੜੀ ਬੀਬੀਆਂ ਨੇ ਮਲਰਿੰਗਾਂ ਵਾਲੀਆਂ ਸਾਡੇ ਐੱਮ ਐੱਲ ਏ ਸਾਹਿਬ ਨੇ 303 ਰੁਪਈਆ ਇਹਨਾਂ ਦੀ ਦਿਹਾੜੀ ਕੀਤੀ ਹੈ, ਕੇਂਦਰੀ ਮੰਤਰੀ ਸਾਹਿਬ ਨੂੰ ਆਵਾਜਾਈ ਮੰਤਰੀ ਗਡਕਰੀ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਇਹਨਾਂ ਦੀ ਦਿਹਾੜੀ ਵਧਾਈ ਹੈ। ਇਹਦੇ ਸ਼ੁਕਰਾਨੇ ਵਜੋਂ ਅਸੀਂ ਲੱਡੂ ਵੰਡ ਰਹੇ ਹਾਂ ਸਾਡੀ ਸਰਕਾਰ ਦੀ ਪਹਿਲੇ ਆਧਾਰ 'ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਐੱਮ ਪੀ ਦੀ 13 ਹੀ 13 ਸੀਟਾਂ ਅਸੀਂ ਜਿੱਤਾਂਗੇ, ਕੇਜਰੀਵਾਲ ਨੂੰ ਅਸੀਂ ਪ੍ਰਧਾਨ ਮੰਤਰੀ ਬਣਾਵਾਂਗੇ ਇਹਨਾਂ ਕਹਿੰਦਾ ਹੋਇਆ। ਮੈਂ ਖੀਮਾ ਦਾ ਜਾ ਡਾਕਟਰ ਸਾਹਿਬ ਇੱਕ ਸਵਾਲ ਆ, ਇੱਥੇ ਜਿਹੜੇ ਕੁਛ ਬੰਦ ਕਰ ਲਓ ਯਾਰ ਤੂੰ ਬੰਦ ਕਰ ਲਈ ਵੇ ਮੋਟਰਸਾਈਕਲ, ਇੱਕ ਜਿਹੜੇ ਕੋਈ ਆਪਣੇ ਪਿੰਡ ਦੇ ਨੌਜਵਾਨ ਨੇ ਨਸ਼ਾ ਵੇਚਦੇ ਨੇ ਉਹ ਬਾਹਰ ਟਮੋਟ ਵੀ ਫੜੇ ਗਏ, ਹੋਰ ਪਿੰਡਾਂ 'ਚ ਵੀ ਫੜੇ ਗਏ, ਕੀ ਉਹਨਾਂ 'ਤੇ ਉਹਨਾਂ ਨੂੰ ਚੰਗੇ ਮਾਰਗ 'ਤੇ ਪਾਇਆ ਜਾਊਗਾ ਜਾਂ ਨਸ਼ਾ ਛੁਡਾਊ ਕੇਂਦਰ 'ਚ ਭੇਜਿਆ ਜਾਊਗਾ? ਦੇਖੋ ਜੀ, ਸਾਡੀ ਸਰਕਾਰ ਪਹਿਲੇ ਆਧਾਰ 'ਤੇ ਯੂਥ ਮੁੰਡੇ ਜਿੰਨੇ ਵੀ ਹੈਗੇ ਨੇ ਇਹਨਾਂ ਨੂੰ ਮਤਲਬ ਚੰਗੇ ਕੰਮ ਦੇ ਵਿੱਚ ਲਾਇਆ ਜਾਵੇਗਾ। ਸਾਡੀ ਸਰਕਾਰ ਹੈ ਜਿਹੜੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਉਤਾਵਲੀ ਹੈ, ਖੇਡਾਂ ਦੇ ਮੈਦਾਨ ਦੇ ਵਿੱਚ ਅਸੀਂ ਉਤਾਰਾਂਗੇ ਇਹਨਾਂ ਨੂੰ, ਅਤੇ ਖਾਦ ਖੁਰਾਕਾਂ ਸਾਡੀ ਸਰਕਾਰ ਦਾ ਇਹਦੇ ਲਈ ਵਚਨਬੰਧ ਹੈ। ਜਿਹੜੀ ਸਾਡੀ ਯੂਥ ਹੈ ਅਸੀਂ ਇਹਨਾਂ ਨੂੰ ਨਸ਼ੇ ਤੋਂ ਰਹਿਤ ਕਰਾਂਗੇ, ਜਿਹੜਾ ਨਸ਼ਾ ਮਾੜਾ ਮੋਟਾ ਕਰਦਾ ਵੀ ਹੈ ਤਾਂ ਉਸ ਨੂੰ ਆਪਣੀ ਮੁੱਢਲੀ ਸਹਾਇਤਾ ਜੇ ਅਸੀਂ ਵੀ ਉਹਨੂੰ ਮੈਡੀਸਨ ਤੌਰ 'ਤੇ ਉਹਨਾਂ ਠੀਕ ਕਰਾਂਗੇ। ਅਤੇ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯੂਥ ਦਾ, ਤੁਹਾਡੀ ਟੀ ਵੀ ਚੈਨਲ ਵਾਲਿਆਂ ਦਾ, ਸਾਡੀ ਗੱਲ ਤੁਹਾਡੇ ਤੱਕ ਪਹੁੰਚਣੀ ਹੈ, ਸਾਡੇ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਇਹੀ ਕਹਿਣਾ ਵੀ ਯੂਥ ਨੂੰ ਜਿੰਨੇ ਵੀ ਹੈ ਇਹਨਾਂ ਨੂੰ ਯੂਥ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਉਤਾਰੋ, ਮੈਂਬਰ ਸਰਪੰਚ ਪੰਚ ਬਣਾਓ ਇਹਨਾਂ ਨੂੰ, ਪੰਚ ਸਰਪੰਚ ਤੋਂ ਹੀ ਬਣ ਸਕਦਾ ਯੂਥ ਜਿਹੜਾ ਬਿਨਾਂ ਨਸ਼ੇ ਤੋਂ ਰਹਿਤ ਹੋਊਗਾ। ਅਸੀਂ ਇਹੀ ਬੇਨਤੀ ਕਰਦੇ ਹਾਂ।